ਬਾਹਰ ਵੈਦਰ ਹੋ ਰੱਖਿਆ 26 ਇੰਨਾ ਵਧੀਆ ਵੈਦਰ ਹੋ ਰੱਖਿਆ ਕਿ ਬਸ ਬੜਾ ਦਿਲ ਬਹੁਤ ਕਰ ਰਿਹਾ ਸੀਗਾ ਅੱਜ ਬਾਈਕ ਚਲਾਉਣ ਦੇ ਲਈ ਅਤੇ ਇਹੀ ਤਾਂ ਦਿਨ ਹੁੰਦਾ ਹੈ ਜਦੋਂ ਬਾਈਕ ਚਲਾਉਣ ਦਾ ਮੌਕਾ ਮਿਲਦਾ ਹੈ ਅਤੇ ਮੈਂ ਕਿਹਾ ਇੱਕ ਛੋਟੀ ਜਿਹੀ ਰਾਈਡ ਕਰਕੇ ਆਉਂਦਾ ਬਾਕੀ ਦੇਖਦੇ ਹਾਂ ਕਿੱਥੇ ਤੱਕ ਜਾ ਹੁੰਦਾ ਆ ਬਾਕੀ ਮੈਂ ਵੀ ਨਜ਼ਾਰੇ ਲੈ ਰਿਹਾ ਹਾਂ ਤੁਸੀਂ ਵੀ ਅੱਜ ਵਧੀਆ ਵੈਦਰ ਦੇ ਅੱਜ ਨਜ਼ਾਰੇ ਲਓ ਔਰ ਈਵਨ ਕਿ ਜਿਹੜੀ ਮੈਂ ਜੈਕਟ ਪਾਈ ਹੋਈ ਆ ਰਾਈਡਿੰਗ ਜੈਕਟ ਉਹਦੇ ਵਿੱਚ ਵੀ ਮੈਨੂੰ ਹੁਣ ਗਰਮੀ ਲੱਗ ਰਹੀ ਆ ਐਨੀਵੇਜ਼ ਇਹ ਜ਼ਰੂਰੀ ਆ ਭਈਆ ਇਹ ਟ੍ਰੈਫਿਕ ਕਿਸ ਚੀਜ਼ ਦਾ ਲੱਗ ਗਿਆ ਟ੍ਰੈਫਿਕ ਲਓ ਜੀ ਆਪਾਂ ਆ ਗਏ ਹੁਣ ਬੈਕ ਔਨ ਟਰੈਕ ਰਿੰਗ ਰੋਡ ਦੇ ਉੱਪਰ 100 ਤਾਂ ਜ਼ੋਨ ਆ ਅਤੇ ਇਹਨੂੰ ਪਹਿਲਾਂ ਬਾਈਕ ਨੂੰ 100 ਦੇ ਉੱਪਰ ਹੀ ਕਰ ਲਵਾਂ ਸੈੱਟ ਕਾਸ਼ ਇਹਦੇ ਵਿੱਚ ਹੁੰਦਾ ਕਰੂਜ਼ ਕੰਟਰੋਲ ਕਰੂਜ਼ ਕੰਟਰੋਲ ਹੋਵੇ ਨਾ 100 ਦੇ ਉੱਪਰ ਸੈੱਟ ਕਰਕੇ ਇੱਕ ਵਾਰੀ ਬਸ ਪਲੈਨ ਮੇਰਾ ਕੁਛ ਇੱਦਾਂ ਬਣ ਰਿਹਾ ਆ ਕਿ ਰਾਈਡ ਉੱਪਰ ਜਦੋਂ ਨਿਕਲਿਆ ਹੋਇਆ ਮੈਂ ਅਤੇ ਕਾਫੀ ਟਾਈਮ ਹੋ ਗਿਆ ਅਤੇ ਦਿਲ ਕਰ ਰਿਹਾ ਮੇਰਾ ਕਿ ਬੈਂਡੀਗੋ ਜਾ ਕੇ ਆਵਾਂ ਅਤੇ ਬੈਂਡੀਗੋ ਮੈਂ ਵੀ ਐਕਸਪਲੋਰ ਕਰਦਾ ਹਾਂ ਅਤੇ ਇਸ ਵੀਡੀਓ ਦੇ ਨਾਲ ਨਾਲ ਤੁਸੀਂ ਵੀ ਐਕਸਪਲੋਰ ਕਰੋਗੇ ਦੇਖੋਗੇ ਕਿ ਮੈਲਬਰਨ ਦਾ ਜਿਹੜੇ ਕੰਟਰੀ ਟਾਊਨਸ ਆ ਜਾਂ ਪਿੰਡ ਕਿੱਦਾਂ ਦੇ ਲੱਗਦੇ ਆ ਅਤੇ ਅਪਰੋਕਸੀਮੇਟਲੀ ਗੂਗਲ ਦੇ ਉੱਪਰ ਚੈੱਕ ਕੀਤਾ ਮੈਂ 120 ਕਿਲੋਮੀਟਰ ਹੈਗਾ ਆ ਮੈਨੂੰ ਲੱਗ ਰਿਹਾ ਕਿ ਮੈਂ ਨਾ ਰੀਫਿਊਲਿੰਗ ਇੱਥੇ ਕਰਾ ਲਵਾਂ ਪੰਪ ਮੂਹਰੇ ਆ ਰਿਹਾ ਹੈ ਕਿਉਂਕਿ ਰਸਤੇ ਦੇ ਵਿੱਚ ਪੰਪ ਆਵੇ ਜਾਂ ਨਾ ਆਵੇ ਤਾਂ ਮੈਂ ਆਊਟ ਆਫ ਪੈਟਰੋਲ ਨਹੀਂ ਹੋਣਾ ਚਾਹੁੰਦਾ ਹੈਗਾ ਕਿ ਬਾਈਕ ਆਲਰੇਡੀ 170 ਕਿਲੋਮੀਟਰ ਚੱਲ ਚੁੱਕੀ ਆ ਔਰ 3 ਬਾਰ ਚੱਲ ਰਹੇ ਆ ਫਿਰ ਇੱਥੇ ਪਾ ਲੈਂਦੇ ਆਪਾਂ ਐਗਜ਼ਿਟ ਲੈ ਲਿਆ ਟ੍ਰਿਪ ਹੋ ਗਿਆ 0 ਟੈਂਕ ਫੁੱਲ $13 ਦਾ ਤੇਲ ਪਿਆ ਸਾਰਾ 8 ਲੀਟਰ ਤੇਲ ਪੈ ਗਿਆ ਸੀਗਾ ਵਿੱਚ ਵਿਚ ਇਜ਼ ਨੋਟ ਬੈਡ ਲਾਸਟ ਟਾਈਮ ਮੈਂ ਜਦੋਂ ਬਾਈਕ ਦੇ ਉੱਪਰ ਅਸੀਂ ਗਰੁੱਪ ਦੇ ਵਿੱਚ ਜਾ ਰਹੇ ਸੀਗੇ ਔਰ ਕਲੋਜ਼ ਟੂ ਬਸ ਇੱਥੇ ਕਿ ਮੇਰੇ ਬਾਈਕ ਦਾ ਟਾਇਰ ਪੈਂਚਰ ਹੋ ਗਿਆ ਸੀਗਾ ਜੇ ਤੁਸੀਂ ਵੀਡੀਓ ਦੇਖੀ ਹੋਊਗੀ ਤਾਂ ਤੁਹਾਨੂੰ ਪਤਾ ਹੋਊਗਾ ਜੇ ਨਹੀਂ ਦੇਖੀ ਹੋਊਗੀ ਤਾਂ ਮੈਂ ਆਈ ਲਿੰਕ ਵਿੱਚ ਡਿਸਕ੍ਰਿਪਸ਼ਨ ਛੱਡ ਦਊਂਗਾ ਤੁਸੀਂ ਦੇਖ ਸਕਦੇ ਹਾਂ ਬਹੁਤ ਬੈਡ ਐਕਸਪੀਰੀਅੰਸ ਰਿਹਾ ਸੀਗਾ 2 ਪੈਂਚਰ ਹੋ ਗਏ ਸੀਗੇ ਨਵੇਂ ਟਾਇਰ ਦੇ ਵਿੱਚ ਅਤੇ ਤੁਸੀਂ ਨਜ਼ਾਰਾ ਦੇਖੋ ਕਿਆ ਵਧੀਆ ਨਜ਼ਾਰਾ ਮੂਹਰੇ ਆ ਰਿਹਾ ਆ ਹਿੱਲ ਏਰੀਆਜ਼ ਵਾਓ ਔਰ ਜਿਹੜਾ ਸਪੀਡ ਜ਼ੋਨ ਇੱਥੇ ਹੈਗਾ ਆ 110 ਦਾ ਆ ਔਰ ਸਪੀਡ ਮੈਂ ਕੋਸ਼ਿਸ਼ ਕਰ ਰਿਹਾ ਕਿ ਕੰਟਰੋਲ ਦੇ ਵਿੱਚ ਹੀ ਰੱਖਾਂ ਅੱਜ ਕਾਫੀ ਬਾਈਕਿੰਗ ਨਿਕਲੇ ਹੋਏ ਆ ਸਵੇਰੇ ਵੀ ਮੈਂ ਜਦੋਂ ਜਾ ਰਿਹਾ ਸੀਗਾ ਤਾਂ ਉਸ ਟਾਈਮ ਵੀ BMW ਦਾ ਇਵੈਂਟ ਕੋਈ ਚੱਲ ਰਿਹਾ ਸੀਗਾ ਅਤੇ ਕਾਫੀ BMW ਦੇ ਬਾਈਕ ਚੱਲ ਜਾ ਰਹੇ ਸੀਗੇ ਮੇਰਾ ਬੜਾ ਦਿਲ ਕਰ ਰਿਹਾ ਸੀਗਾ ਕਿ ਮੈਂ ਵੀ ਉਹਨਾਂ ਵਿੱਚ ਬਾਈਕ ਲੈ ਕੇ ਜਾਵਾਂ ਅਨਫੋਰਚੁਨੇਟਲੀ ਉਹ BMW ਦਾ ਸੀਗਾ ਲੁੱਕ ਐਟ ਦਾ ਬਿਊਟੀ ਵਿਊ ਮੈਨੂੰ ਸ਼ੋਰ ਨਹੀਂ ਹੈਗਾ ਕਿ ਤੁਹਾਨੂੰ ਕੈਮਰੇ ਵਿੱਚ ਵਧੀਆ ਦਿਖੂਗਾ ਕਿ ਨਹੀਂ ਦਿਖੂਗਾ ਪਰ ਜਿਹੜੀ ਜ਼ਿਗ-ਜ਼ੈਗ ਸੜਕ ਬਣੀ ਹੋਈ ਆ ਇਹ ਏਰੀਆ ਹੈਗਾ ਆ ਮਾਊਂਟ ਮੈਸੇਡਨ ਔਰ ਜੇ ਮੈਂ ਰਾਈਟ ਇੱਥੋਂ ਜਾਂ ਨੈਕਸਟ ਐਗਜ਼ਿਟ ਲੈ ਲੈਂਦਾ ਹਾਂ ਤਾਂ ਹੈਂਗਿੰਗ ਰੌਕਸ ਆ ਜਾਂਦਾ ਹੈ ਜਿਹੜਾ ਕਿ ਕਾਫੀ ਫੇਮਸ ਆ ਹੈਂਗਿੰਗ ਰੌਕਸ ਓਫੀਸ਼ਲੀ ਬੈਂਡੀਗੋ ਦੇ ਵਿੱਚ ਐਂਟਰ ਹੋ ਗਏ ਹਾਂ ਬੈਂਡੀਗੋ ਔਰ ਸਪੀਡ ਮੇਨਟੇਨ 80 ਫਾਇਰ ਰਿਸਟ੍ਰਿਕਸ਼ਨਸ ਲੱਗੀਆਂ ਹੋਈਆਂ ਇੱਥੇ ਸਲਵੇਸ਼ਨ ਆਰਮੀਜ਼ ਹੁਣੀ ਮੈਂ ਆਲਮੋਸਟ ਬੈਂਡੀਗੋ ਵਿੱਚ ਪਹੁੰਚ ਗਿਆ ਪਰ ਇੱਕ ਰਸਤੇ ਦੇ ਵਿੱਚ ਬਹੁਤ ਜ਼ਿਆਦਾ ਪੀਸਫੁੱਲ ਇੱਕ ਰੀਕ੍ਰੀਏਸ਼ਨਲ ਪਾਰਕ ਆਇਆ ਬੈਂਡੀਗੋ ਦਾ ਬ੍ਰੇਕ ਲਗਾਈ ਉੱਥੇ ਮੈਂ
ਤੇ ਥੋੜਾ ਜਿਹਾ ਤਾਂ ਰੈਸਟ ਹੋ ਜੂਗੀ। ਬਾਈਕ ਚਲਾ ਚਲਾ ਕੇ ਮੇਰੇ ਬੰਬਸ ਬਹੁਤ ਜ਼ਿਆਦਾ ਦੁੱਖ ਰਹੇ ਸੀਗੇ ਤੇ ਮੈਂ ਕਿਹਾ ਵਾਈ ਨੋਟ ਇੱਕ ਤੁਹਾਨੂੰ ਵੀ ਦਿਖਾਵਾਂ ਰਿਕ੍ਰੀਏਸ਼ਨਲ ਪਾਰਕ। ਕੋਈ ਵੀ ਆਲੇ ਦੁਆਲੇ ਕੋਈ ਵੀ ਮਤਲਬ ਨਹੀਂ ਹੈਗਾ ਇੱਥੇ, ਵੈਰੀ ਪੀਸਫੁਲ ਕਾਮ। ਤੁਹਾਨੂੰ ਵੀ ਥੋੜ੍ਹਾ ਟੂਰ ਕਰਾਉਣਾ, ਤੁਸੀਂ ਵੀ ਦੇਖੋ ਅਤੇ ਫਿਰ ਮੈਨੂੰ ਕਮੈਂਟ ਸੈਕਸ਼ਨ ਵਿੱਚ ਦੱਸਿਓ ਕਿ ਤੁਹਾਨੂੰ ਇਹ ਪਾਰਕ ਕਿੱਦਾਂ ਲੱਗਿਆ। ਜਿਹੜੇ ਜਿਹੜੇ ਤੁਹਾਨੂੰ ਹੁਣੀ ਹੁਣੀ ਸ਼ੋਟਸ ਸਿਖਾਏ ਆ ਮੈਂ, ਮੈਨੂੰ ਤੁਸੀਂ ਕਮੈਂਟ ਸੈਕਸ਼ਨ ਵਿੱਚ ਜਾ ਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਆ। ਇੰਨਾ ਜ਼ਿਆਦਾ ਪੀਸਫੁਲ ਏਰੀਆ ਆ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਹੈਗਾ। ਵੀਡੀਓ ਵਿੱਚ ਵੀ ਦੇਖ ਹੀ ਲਿਆ ਹੋਊਗਾ ਕਿ ਕਿੰਨਾ ਕੁਆਇਟ ਏਰੀਆ ਹੈ ਔਰ ਕਿੰਨਾ ਵਧੀਆ ਲੱਗ ਰਿਹਾ ਹੈ। ਅਤੇ ਚਲੋ ਥੋੜ੍ਹਾ ਜਿਹਾ ਭੁੱਖ ਵੀ ਲੱਗੀ ਹੈ, ਥੋੜ੍ਹੀ ਪੇਟ ਪੂਜਾ ਵੀ ਕੀਤੀ ਜਾਵੇ। ਮਿਲਦੇ ਹਾਂ ਆਪਾਂ ਬਾਈਕ ਦੇ ਉੱਪਰ। ਹਾਲ ਦੇਖ ਲਓ ਮੱਛਰਾਂ ਦਾ, ਵਾਈਜ਼ਰ। ਸਿਟੀ ਸੈਂਟਰ 5 ਕਿਲੋਮੀਟਰ ਆ, ਮੈਂ ਸਿਟੀ ਸੈਂਟਰ ਹੀ ਜਾਣਾ, ਆਲਮੋਸਟ ਇਨ ਬੈਂਡੀਗੋ ਸਿਟੀ ਸੈਂਟਰ। ਓ ਡੋਸ਼ਾ ਹੱਟ ਇੱਥੇ ਵੀ ਹੈਗਾ, ਡੋਸ਼ਾ। ਲਓ ਜੀ ਹਮ ਪਹੁੰਚ ਚੁੱਕੇ ਹੈ ਬੈਂਡੀਗੋ ਸਿਟੀ, ਔਰ ਯਹਾਂ ਪਰ ਚਲਤੀ ਹੈ ਟ੍ਰੈਮਸ ਵੀ, ਔਰ ਇਹ ਟ੍ਰੈਮਸ ਟਰੈਕ ਹੈ, ਔਰ ਵੋ ਰਹਾ ਬੈਂਡੀਗੋ ਕਾ ਨਜ਼ਾਰਾ। ਬੈਂਡੀਗੋ ਵਿਕਟੋਰੀਆ 37901 ਸਿਟੀਜ਼ਨ ਆਫ ਬੈਂਡੀਗੋ। ਟਾਈਮ ਹੋ ਗਿਆ ਆਲਮੋਸਟ 5:15 ਹੋ ਗਏ ਆ, 5:15 ਹੋ ਗਏ ਆਲਮੋਸਟ, ਅਤੇ ਧੁੱਪ ਹਲੇ ਵੀ ਪੂਰੀ ਜ਼ੋਰਾਂ ਦੇ ਉੱਪਰ ਆ। ਬੈਂਡੀਗੋ ਟ੍ਰੈਮ ਆਈ ਥਿੰਕ ਇਟਸ ਅ ਫ੍ਰੀ ਆ, ਜਿੱਦਾਂ ਕਿ ਮੈਲਬਨ ਦੇ ਵਿੱਚ ਚੱਲਦੀ ਆ। ਇੱਕ ਚੀਜ਼ ਹੋਰ ਮੈਂ ਦੇਖੀ ਹੈ ਬੈਂਡੀਗੋ ਦੇ ਵਿੱਚ ਐਜ਼ ਕੰਪੇਅਰ ਟੂ ਮੈਲਬਨ, ਜਿਹੜਾ ਵੈਦਰ ਆ ਥੋੜ੍ਹਾ ਜ਼ਿਆਦਾ ਹਾਈ ਆ, ਔਰ ਇੱਥੇ ਮੈਨੂੰ ਗਰਮੀ ਬਹੁਤ ਲੱਗ ਰਹੀ ਆ। ਈਵਨ ਕਿ ਇੱਥੇ ਵੀ ਜਿਹੜੇ ਮੈਂ ਟੂਰਿਸਟ ਜਾਂ ਘੁੰਮਦੇ ਦੇਖ ਰਿਹਾ ਹਾਂ ਉਹਨਾਂ ਨੇ ਸ਼ੋਰਟਸ ਹੀ ਪਾਈਆਂ ਹੋਈਆਂ, ਪਰ ਮੈਲਬਨ ਵਿੱਚ ਅੱਜ ਸਵੇਰੇ ਠੰਡ ਸੀਗੀ, ਆਲਮੋਸਟ 10 ਡਿਗਰੀ ਟੈਂਪਰੇਚਰ ਸੀਗਾ। ਲਓ ਜੀ KFC ਵੀ ਆ ਚੁੱਕਾ ਹੈ। ਬਾਈਕ ਦੇ ਉੱਪਰ ਚੜ੍ਹਨ ਦੀ ਤਿਆਰੀ। ਸ਼ਾਮ ਦੇ 6 ਵੱਜ ਗਏ ਆ ਅਤੇ ਧੁੱਪ ਹਲੇ ਵੀ ਫੁੱਲ ਔਨ ਆ, ਅਤੇ ਆਰਾਮ ਨਾਲ ਬੈਠ ਕੇ ਖਾਧਾ, ਅੱਧਾ ਪੌਣਾ ਘੰਟਾ ਲਗਾਇਆ ਖਾਂਦੇ ਖਾਂਦੇ। ਮੈਲਬਨ ਟੂਵਰਡਸ ਮੈਲਬਨ ਚੱਲ ਪਏ ਹਾਂ, ਅਤੇ 142 ਕਿਲੋਮੀਟਰ ਆ ਮੈਲਬਨ ਬੈਂਡੀਗੋ ਤੋਂ, ਅਤੇ ਸਪੀਡ ਹੈਗੀ ਆ 100 ਦਾ ਜ਼ੋਨ ਆ, ਅਤੇ ਮੈਨੂੰ ਵੀ 100 ਦੇ ਉੱਪਰ ਰੱਖਣਾ ਪੈਣਾ ਬਾਈਕ ਨੂੰ।
ਗਿਜ਼ਬਨ ਸਾਊਥ ਹੈਗਾ ਇੱਥੇ 90 ਜੌਕੀ ਕੌਮੀ ਹੈਗਾ ਇੱਥੋਂ 5 ਕਿਲੋਮੀਟਰ ਫ੍ਰੀਵੇ ਦੇ ਉੱਪਰ ਕਾਫੀ ਟਾਈਮ ਹੋ ਗਿਆ ਸੀ ਮੈਨੂੰ ਬਾਈਕ ਚਲਾਉਣ ਨੂੰ ਆਲਮੋਸਟ 1 ਘੰਟਾ ਹੋ ਗਿਆ ਸੀਗਾ ਔਰ ਮੇਰੇ ਗੋਪਰੋ ਦੀ ਬੈਟਰੀ ਵੀ ਡਾਊਨ ਹੋ ਗਈ ਸੀਗੀ ਅਤੇ ਮੈਂ ਕਿਹਾ ਵੀਡੀਓ ਤਾਂ ਕਲੋਜ਼ ਕਰਨੀ ਹੈ ਅਤੇ ਮੈਨੂੰ ਤੁਸੀਂ ਜ਼ਰੂਰ ਦੱਸਿਓ ਕਮੈਂਟ ਸੈਕਸ਼ਨ ਵਿੱਚ ਜਾ ਕੇ ਕਿ ਤੁਹਾਨੂੰ ਅੱਜ ਦੀ ਵੀਡੀਓ ਕਿੱਦਾਂ ਦੀ ਲੱਗੀ ਜੇ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਸੈਕਸ਼ਨ 'ਚ ਜਾ ਕੇ ਤੁਹਾਨੂੰ ਕਿੱਦਾਂ ਦੀ ਲੱਗੀ ਗੋਪਰੋ ਦੀ ਬੈਟਰੀ ਬਿਲਕੁਲ ਬੰਦ ਖਤਮ ਹੋ ਚੁੱਕੀ ਹੈ ਅਤੇ ਇਸ ਕਰਕੇ ਮੈਂ ਹੋਰ ਵਲੋਗ ਨਹੀਂ ਬਣਾ ਸਕਦਾ ਉਹਦੇ ਨਾਲ ਇਸੇ ਕਰਕੇ ਵੀਡੀਓ ਇੱਥੇ ਕਲੋਜ਼ ਕਰ ਰਹੇ ਹਾਂ ਮਿਲਦੇ ਆਪਾਂ ਨੈਕਸਟ ਵਲੋਗ ਵਿੱਚ ਟਿਲ ਦੈਨ ਟੇਕ ਕੇਅਰ ਬਾਏ